ਸਾਰਿਆਂ ਦੀ ਜਿਹੜੀ ਸਮੁੱਚੀ ਪਾਰਲੀਮੈਂਟ ਦੀ ਸਲਾਹ ਹੈ, ਸਲਾਹ ਇੱਛਾ ਸ਼ਕਤੀ ਹੈ ਸਾਰਿਆਂ ਦੀ, ਉਹਦਾ ਨਾਮ ਪਰਮੇਸ਼ਰ ਹੈ। ਸਾਰਿਆਂ ਦਾ ਐਲਾਨਨਾਮਾ ਹੈ, ਐਲਾਨ। ਇੱਕ ਪਹਿਲਾਂ ਸਾਰਿਆਂ ਦੀ ਮੀਟਿੰਗ ਹੁੰਦੀ ਹੈ, ਫਿਰ ਉਹਦੀ ਸਲਾਹ ਆਉਂਦੀ ਹੈ, ਫਿਰ ਉਹਦਾ ਐਲਾਨ ਹੁੰਦਾ। ਉਹ ਜਿਹੜਾ ਐਲਾਨ ਹੈ, ਉਹਦਾ ਹੁਕਮ ਹੈ ਸਾਰਿਆਂ ਦਾ ਇਕੱਠਾ ਸਰਬਸੰਮਤੀ ਨਾਲ, ਉਹਦਾ ਨਾਮ ਪਰਮੇਸ਼ਰ ਹੈ। ਉੱਥੇ ਆਗੋ ਇੱਕ ਮਤ ਨੇ ਸਾਰੇ, ਇੱਥੇ ਆਪਣੀ ਆਪਣੀ ਮਤ ਹੈ। ਜਿਹੜੇ ਸਿਆਣੇ ਹੁੰਦੇ ਨੇ ਉਹਨਾਂ ਦੀ ਮਤ ਇੱਕ ਹੁੰਦੀ ਹੈ, ਅੱਗੇ ਕਹਿੰਦੇ ਹੁੰਦੇ 100 ਸਿਆਣੇ ਇੱਕ ਮਤ, ਸਿਆਣੇ 100 ਬੰਦੇ ਇਕੱਠੇ ਕਰ ਲਓ, ਉਹ ਇੱਕ ਮਤ ਦੇ ਇਕੱਠੇ ਹੋ ਜਾਂਦੇ। ਹਾਂ ਬਈ ਇਹ ਠੀਕ ਹੈ। ਜੇ ਮੂਰ ਇਕੱਠੇ ਕਰ ਲਓ, ਉਹਨਾਂ ਦੀ ਮਤ ਆਪੋ ਆਪਣੀ ਰਹੂਗੀ। ਵਿਦਵਾਨ ਜਿੰਨੇ ਮਰਜ਼ੀ ਇਕੱਠੇ ਕਰ ਲਓ, ਆਪਣੀ ਆਪਣੀ ਮਤ ਰਹੂਗੀ। ਕਿਉਂ ਮੂਰਖ ਜੋ ਹੈ, ਭਗਤ ਸਾਰੇ ਬੈਠੇ ਨੇ, ਇੱਥੇ ਇੱਕ ਮਤ ਹੈ। ਸੰਸਾਰੀ ਆਦਮੀਆਂ ਦੀ ਕਦੇ ਇੱਕ ਮਤ ਨਹੀਂ ਹੋ ਸਕਦੀ, ਇਸ ਕਰਕੇ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਹੋਇਆ, ਇਹਨਾਂ ਦਾ ਵਿਹਲੇ ਨਹੀਂ ਹੋ ਸਕਦਾ। ਉਹ ਇੱਕ ਮਤ ਵਾਲੇ ਨੇ, ਆਪਣੀ ਆਪਣੀ ਮਤ ਵਾਲੇ ਨੇ। ਅੰਤਰ ਬਾਹਰ ਇੱਕੋ ਜਾਣਾ ਹੈ, ਤਾਂ ਹਰ ਨਾਮ ਲੱਗੇ ਪਿਆਰੋ, ਤਾਂ ਹਰ ਨਾਮ ਲੱਗੇ ਪਿਆਰੋ। ਜਦ ਇੱਕ ਬਣ ਜਾਂਦਾ ਨਾ ਇਹ ਅੰਦਰ ਔਰ ਬਾਹਰ ਵਾਲਾ, ਅਸਲ 'ਚ ਬਾਹਰ ਵਾਲੇ ਨੇ ਮਾਇਆ ਨੂੰ ਛੱਡ ਕੇ ਅੰਦਰ ਜਾਣਾ, ਅੰਦਰ ਵਾਲੇ ਨੇ ਬਾਹਰ ਨਹੀਂ, ਉਹਨੇ ਨਹੀਂ ਬਾਹਰ। ਜਿਹੜਾ ਮਾਇਆ ਤੋਂ ਪਰੇ ਆ, ਲਿਪਤ ਹੈ, ਉਹਨੇ ਮਾਇਆ 'ਚ ਨਹੀਂ ਆਉਣਾ, ਇਹਨੂੰ ਮਾਇਆ ਛੱਡ ਕੇ ਜਾਣੀ ਪੈਣੀ। ਜਪਣ ਵਰਨ ਇਹਦਾ ਹੀ, ਉਹਦਾ ਤਾਂ ਹੈ ਨਹੀਂ। ਤਾਂ ਹਰ ਨਾਮ, ਤਾਂ ਸੱਚ ਨਾਲ ਪਿਆਰ ਹੁੰਦਾ। ਜਿੱਦਣ ਅੰਦਰ ਬਾਹਰ ਇੱਕ ਜਾਣ ਲੱਗੇ ਕਿ ਮੈਂ ਹੀ ਇੱਕ ਹਾਂ, ਇੱਕ ਆਪ ਹੋ ਜਾਵੇ, ਇੱਕ ਜਾਣੂਗਾ, ਜਦ ਜਦ ਆਪ ਇੱਕ ਹੋ ਜਾਊਗਾ, ਜਦ ਇਹਦਾ ਮਨ ਟਿਕ ਗਿਆ ਨਾ, ਜਿਹੜਾ ਹੈ ਨਾ ਆਨੰਦ ਸੁਣ ਹੋ ਗਿਆ, ਜਦ ਫਿਰ ਇੱਕ ਹੈ। ਆਨੰਦ ਸੁਣਨ ਤੋਂ ਪਹਿਲਾਂ ਇੱਕ ਨਹੀਂ ਹੈ। ਜਦੋਂ ਮਨ ਦੇ ਵਿੱਚ ਮਰਜ਼ੀ ਉਹ ਨਹੀਂ ਕੋਈ ਰਹੀ, ਖਤਮ ਹੋ ਗਈ, ਮਨ 'ਚ ਕੋਈ ਬੋਲਣਾ ਉੱਠਦਾ ਹੀ ਨਹੀਂ, ਫਿਰ ਇੱਕ ਹੈ, ਫਿਰ ਇੱਕ ਹੈ, ਆਪ ਇੱਕ ਹੈ। ਫਿਰ ਇਹਦਾ ਮਾਇਆ ਦੀ ਤਾਂ ਭੁੱਖੇ ਖਤਮ ਹੋ ਗਈ, ਫਿਰ ਸੱਚ ਵਾਲੇ ਪਿਆਰ ਲੱਗੂ, ਹੋਰ ਕਿਹਦੇ ਨਾਲ ਲੱਗੂਗਾ। ਸੱਚ ਨਾਲ ਪਿਆਰ ਤੇ ਬਿਨਾਂ ਮਾਇਆ ਦੀ ਭੁੱਖ ਦੂਰ ਹੁੰਦੀ ਹੋਈ ਨਹੀਂ। ਕੋਈ ਚੀਜ਼ ਮਿਲੂ ਤਾਂ ਹੀ ਛੱਡੂ, ਝੂਠ ਛੱਡਤਾ ਸੱਚ ਫੜ ਲਿਆ। ਹੀਰਾ ਹੱਥ ਚੜਿਆ ਨਿਰਮੋਲਕ, ਜਦੋਂ ਸੱਚ ਰੂਪੀ ਹੀਰਾ ਹੱਥ ਚੜ ਗਿਆ ਨਾ, ਸੱਚ ਮਿਲ ਗਿਆ ਇਹਨੂੰ, ਤੇ ਝੂਠ ਛੱਡ ਦਿੰਦਾ। ਝੂਠ ਗਈ ਸਾਰੀ, ਝੂਠ ਛੱਡਦਾ। ਸੱਚ ਜਿਹਨੂੰ ਲੱਭ ਜੇ, ਉਹ ਝੂਠ ਛੱਡੇ ਦਊਗਾ। ਇਹੀ ਗੱਲ ਜੋ ਕਿ ਕਹਿ ਰਿਹਾ ਸੀ ਸ਼ੁਰੂ 'ਚ ਨਾਨਕ, ਕਿ ਸੱਚ ਕਹੂੰ ਅਰਦਾਸ ਹਮਾਰੀ, ਮੈਂ ਦੁਨੀਆਂ ਨੂੰ ਸੱਚ ਦੱਸ ਰਿਹਾ। ਸੱਚ ਦੱਸਣਾ ਔਖਾ ਹੈ, ਝੂਠ ਤਾਂ ਦੁਨੀਆਂ ਹੀ ਜਾਣਦੀ ਹੈ। ਝੂਠ ਜਾਣਦੇ ਨੇ ਸਭ, ਜੇ ਨਾ ਜਾਣਦੇ ਹੁਣ ਝੂਠ ਬੋਲਣ ਕਿਵੇਂ? ਸੱਚ ਬੋਲ ਕੇ ਦਿਖਾਓ ਕੋਈ, ਝੂਠ ਸਾਰੇ ਬੋਲਦੇ ਨੇ। ਇਹਦਾ ਵਾਲਾ ਝੂਠ ਜਾਣਦੇ ਨੇ, ਝੂਠ ਬੋਲਦੇ ਨੇ। ਸੱਚ ਜਾਣਦੇ ਨਹੀਂ, ਸੱਚ ਬੋਲ ਸਕਦੇ ਨਹੀਂ। ਜਿਹੜਾ ਸੱਚ ਨੂੰ ਜਾਣੂਗਾ, ਪਛਾਣੂਗਾ, ਉਹ ਸੱਚ ਬੋਲੂਗਾ। ਝੂਠ ਤਾਂ ਸਾਰੀ ਦੁਨੀਆਂ ਬੋਲਦੀ ਹੈ, ਸਾਡੀ ਬਾਣੀ ਉਹ ਝੂਠੀ ਬਾਣੀ ਹੈ। ਜੋ ਸਾਰਾ ਦਿਨ ਬੋਲਦੇ ਹਾਂ, ਜੋ ਕਿਤਾਬਾਂ 'ਚ ਲਿਖਿਆ ਹੋਇਆ, ਜੋ ਗ੍ਰੰਥਾਂ 'ਚ ਲਿਖਿਆ ਹੋਇਆ, ਗੁਰਬਾਣੀ ਨੂੰ ਛੱਡ ਕੇ, ਸਭ ਝੂਠ ਹੈ। ਸੱਚੀ ਬਾਣੀ ਦੇ ਟੀਕੇ ਲੈ ਕੇ ਝੂਠ ਬਣਾਤਾ, ਆਪਣੀ ਮਰਜ਼ੀ ਨਾਲ ਲਿਖੇ ਨਾ, ਆਪਣੀ ਬੁੱਧੀ ਨਾਲ ਲਿਖੇ। ਸੱਚ ਆਵੇ ਅਸੀਂ ਝੂਠ ਬਣਾ ਦਿੰਦੇ, ਝੂਠ ਸਾਡੇ ਕੋਲ ਫਾਲਤੂ ਹੈ, ਵਾਧੂ ਹੈ, ਬਦੋ ਬਦੀ ਪੈ ਜਾਂਦਾ, ਬਦੋ ਬਦੀ ਪੈ ਜਾਂਦਾ ਉਹਦੇ ਵਿੱਚ। ਸੁਖਮਣਾ ਇੜਾ ਪਿੰਗਲਾ ਬੁੱਝੇ, ਉਹਦੇ ਬਾਅਦ ਇੜਾ ਪਿੰਗਲਾ ਸੁਖਣਾ ਬੁੱਝੂਗਾ ਕੀ ਹੁੰਦੀਆਂ ਨੇ? ਤੁਸੀਂ ਪਹਿਲਾਂ ਹੀ ਇੜਾ ਪਿੰਗਲਾ ਸੁਖਣਾ, ਉਹ ਇਹ ਤਾਂ ਤੁਹਾਡੇ ਸਰੀਰ ਦੀਆਂ ਨੇ, ਤੁਸੀਂ ਸਰੀਰ ਨਾਲ ਜੁੜੀ ਬੈਠੇ।
ਇਹਦਾ ਪਿੰਗਲਾ ਸੁਖਾਉਣਾ ਵੀ ਅੰਦਰਲੇ ਸਰੀਰ ਦੀਆਂ ਨੇ, ਬਾਹਰਲੇ ਦੀਆਂ ਨਹੀਂ ਹੁੰਦੀਆਂ ਇਹ। ਬੂਝਿਆ ਲਿਖਿਆ ਹੈ ਜਾਂ ਸੱਚ ਨਾਲ ਪਿਆਰ ਲੱਗੂਗਾ ਫਿਰ ਇਹਦਾ ਪਿੰਗਲਾ ਸੁਖਾਉਣਾ ਦਾ ਪਤਾ ਲੱਗੂਗਾ ਕੀ ਹੈ। ਇਹਦਾ ਮਤਲਬ ਜੋ ਇਹਦਾ ਪਿੰਗਲਾ ਸੁਖਾਉਣਾ ਲਿਖੀਆਂ ਹੋਈਆਂ ਨੇ ਗ੍ਰੰਥਾਂ 'ਚ ਜੋ ਸਾਡੇ ਠੀਕ ਹੈ ਉਹ ਗਲਤ ਨੇ। ਇਵੇਂ ਚਾਰੇ ਯੁੱਗ ਵੀ ਗਲਤ ਨੇ, ਚਾਰ ਪਦਾਰਥ ਵੀ ਗਲਤ ਨੇ। ਗੁਰਮੁਖ ਬੂਝੇ ਯੁੱਗ ਚਤਵਾਰੇ, ਉੱਥੇ ਬੂਝੇ ਲਿਖਿਆ ਯੁੱਗ, ਇਹਦਾ ਪਿੰਗਲਾ ਸੁਖਾਉਣਾ ਵੀ ਬੂਝੇ ਲਿਖਿਆ। ਜੋ ਧਰਮ ਯੋਗ ਮਤ ਦੇ ਬਾਹਰਲੇ ਨੇ ਸਭ ਝੂਠੇ ਧਰਮ ਨੇ। ਉਹ ਜਿਹੜੇ ਗ੍ਰੰਥ ਲਿਖੇ ਨੇ ਨਾ ਸਿਮਰਤ ਵੇਦ ਪੁਰਾਣ ਧਰਮ, ਉਹ ਸੋਧੇ ਨੇ ਗੁਰਬਾਣੀ ਨੇ। ਇਹਦਾ ਪਿੰਗਲਾ ਬੁੱਝ ਕੇ ਦੱਸੀਆਂ ਨੇ ਵੀ ਅਸਲੀ ਆਏ ਨੇ ਕੀ ਨੇ। ਉਹ ਕਹਿੰਦੇ ਨੇ ਇਹਦਾ ਪਿੰਗਲਾ ਅਰ ਸੁਖਵਣਾ, ਸੁਖਵਣਾ ਨਾੜੀ ਦਾ ਸੈਂਟਰ 'ਚ ਹੀ ਆਉਂਦੀ ਹੈ, ਖੱਬੇ ਪਾਸੇ ਦੀ ਇੜਾ ਆਉਂਦੀ ਹੈ, ਸੱਜੇ ਪਾਸੇ ਦੀ ਪਿੰਗਲਾ ਨਾੜੀ ਆਉਂਦੀ ਹੈ ਕੰਨ ਕੋਲ ਦੀ। ਅੰਗੀਚੀ ਦੇ ਵਿੱਚ ਨਹੀਂ ਆਉਂਦੀ ਹੈ ਸੁਖਵਣਾ ਨਾੜੀ। ਇਹ ਤਿੰਨੇ ਆ ਕੇ ਬ੍ਰੇਨ 'ਚ ਇਕੱਠੀਆਂ ਹੋ ਜਾਂਦੀਆਂ, ਜਿੱਥੇ ਇਕੱਠੀਆਂ ਆਉਂਦੀਆਂ ਨੇ ਉਹਨੂੰ ਤ੍ਰਿਕੁਟੀ ਕਹਿੰਦੇ ਨੇ। ਕਿਉਂ ਜੋ ਕੰਨਾਂ 'ਚੋਂ ਸੁਣਨੀ ਹੈ ਆਵਾਜ਼, ਉਹ ਵੀ ਦਿਮਾਗ ਨੇ ਸੁਣਨੀ ਹੈ। ਇੱਧਰਲੇ ਦੀ ਸੁਣ ਲਓ ਚਾਹੇ ਇੱਧਰਲੇ ਦੀ ਸੁਣ ਲਓ, ਉਹ ਤਿੰਨਾਂ ਨਾੜੀਆਂ ਨੂੰ ਇਹ ਸੁਖਾਉਣਾ ਨਾੜੀ, ਤੀਜੀ ਆਉਂਦੀ ਹੈ ਸੈਂਟਰ 'ਚ, ਇਹ ਇਹਨਾਂ ਨੂੰ ਕਹਿੰਦੇ ਨੇ। ਪਰ ਸਾਡੇ ਗੁਰਬਾਣੀ 'ਚ ਕੀ ਹੈ, ਇਹਦਾ ਪਿੰਗਲਾ ਸੁਖਾਉਣਾ ਤੀਨ ਬਸੇ ਇੱਕ ਠਾਏ, ਜਿਹਨੇ ਬੁੱਝੀ ਇਹਨਾਂ ਨੇ ਇਹ ਦੱਸਿਆ। ਉਹ ਕਹਿੰਦਾ ਰਹਿੰਦੀਆਂ ਇੱਕ ਥਾਂ ਨੇ, ਇਹ ਕਹਿੰਦਾ ਬਾਹਰੋਂ ਬਾਹਰੋਂ ਆ ਕੇ ਤਿੰਨ ਇੱਕ ਥਾਂ ਆ ਕੇ ਮਿਲਦੀਆਂ ਨੇ। ਜਿਵੇਂ ਗੰਗਾ ਜਮਨਾ ਸਰਸਵਤੀ ਇੱਕ ਜਗ੍ਹਾ ਮਿਲਦੀਆਂ ਨੇ ਜਾ ਕੇ, ਫਿਰ ਉਹ ਇੱਕ ਥਾਂ ਤਾਂ ਬਸਦੀਆਂ ਨਹੀਂ, ਉਹ ਇੱਕ ਥਾਂ ਬਸਣਾ ਹੋਰ ਗੱਲ ਹੈ, ਇੱਕ ਥਾਂ ਮਿਲਣਾ ਹੋਰ ਗੱਲ ਹੈ। ਧਨ ਪਿਰਕਾ ਇੱਕ ਸੰਗ ਹੀ ਵਾਸਾ ਵਿੱਚ ਹੋਵੇ ਪੀਤ ਕਰਾਰੀ, ਉਹ ਗੱਲ ਮਨ ਬੁੱਧੀ ਔਰ ਚਿੱਤ ਇੱਕੋ ਜਗ੍ਹਾ ਬਸਦੇ ਨੇ। ਪਿੰਗਲਾ ਮਨ ਹੈ ਪਿੰਗਲਾ ਮਨ ਹੈ ਨਾ, ਮੈਨੂੰ ਪਿੰਗਲਾ ਕਿਹਾ, ਪਿੰਗਲੇ ਨੂੰ ਬੁੱਧੀ ਲਈ ਫਿਰਦੀ ਨਾ ਠੀਕ ਹੋ ਜਾਵੇ। ਪਿੰਗ ਗਿਰਨ ਚੜ ਜਾਏ, ਅੰਨਾ ਵੀ ਹੈ ਪਿੰਗਲਾ ਵੀ ਹੈ ਬੋਲਾ ਵੀ ਹੈ ਮਨ ਹੈ। ਤੇ ਇਹੜਾ ਬੁੱਧੀ ਹੈ ਅੜੀ ਹੋਈ ਹੈ ਜਿਹੜੀ ਦੁਰਮਤ ਨਾਲ, ਇਹ ਅੜੀ ਹੋਈ ਹੈ ਬੰਦੀ ਨਹੀਂ, ਪਹਿਲਾਂ ਬੁੱਧੀ ਉਹ ਨਹੀਂ ਬੰਦੀ। ਗੁਰ ਕੀ ਮਤ ਕੌਣ ਨਹੀਂ ਲੈਂਦੀ, ਪਹਿਲਾਂ ਅਗਲੇ ਨਹੀਂ ਲੈਂਦੀ, ਬੁੱਧੀ ਉੜ ਜਾਂਦੀ ਹੈ। ਬੁੱਧੀ ਜੇ ਆਪ ਮੰਨੇ ਸੱਚ ਨੂੰ ਤਾਂ ਮਨ ਨੂੰ ਮਨਾਵੇ, ਜੇ ਸਾਡੀ ਬੁੱਧੀ ਉਹ ਵਿਰੋਧ ਕਰਦੀ ਹੈ ਜਿਹੜੀ ਚੀਜ਼ ਦਾ, ਮਨ ਕਿਵੇਂ ਮੰਨ ਲਓ ਉਹਨੂੰ, ਜਿਹੜੀ ਚੀਜ਼ ਮਾਂ ਨਹੀਂ ਮੰਨਦੀ ਉਹ ਬੱਚਾ ਕਿਵੇਂ ਮੰਨ ਲਓ ਉਹਦਾ। ਪਹਿਲਾਂ ਮਾਂ ਮੰਨੇ ਤਾਂ ਬੱਚੇ ਨੂੰ ਮਨਾਵੇ, ਜੇ ਮਾਂ ਇਹ ਬੱਚੇ ਨੂੰ ਪੁੱਠੀ ਮਦਦ ਦਿੰਦੀ ਹੋਵੇ ਉਹਨੂੰ ਸਿੱਧੀ ਕੌਣ ਦੇ ਦੂ। ਇਹਦਾ ਔਰ ਪਿੰਗਲਾ ਮਨ ਬੁੱਧੀ ਦੇ ਦੋਵੇ, ਦੋਵੇਂ ਨੈਗੇਟਿਵ ਨੇ। ਸੁਖਮਨਾ ਕੌਣ ਹੈ, ਸੁਖਮਨਾ ਜਿੱਤ ਹੈ,